ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਐਡਮਿੰਟਨ ਸਟੂਡੀਓ ਤੋਂ ਮਨਜੀਤ ਸਿੰਘ ਫੇਰੂਮਾਨ ਵੱਲੋਂ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ। ਦੋਸਤੋ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਐਡਮਿੰਟਨ ਤੋਂ ਪੇਸ਼ ਹੋਣ ਵਾਲਾ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਅਸੀਂ ਤੁਹਾਨੂੰ ਐਡਮਿੰਟਨ ਸ਼ਹਿਰ ਦੀਆਂ ਉੱਗੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਵੱਖ ਵੱਖ ਖੇਤਰਾਂ ਦੇ ਵਿੱਚ ਮਾਹਰਤਾ ਹਾਸਲ ਹੈ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਅੱਜ ਜਿਸ ਮੁੱਦੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਸਾਰੇ ਹੀ ਭਾਰਤ ਵਾਸੀਆਂ ਔਰ ਵਿਸ਼ੇਸ਼ ਕਰਕੇ ਸਾਡੇ ਪੰਜਾਬੀਆਂ ਲਈ ਹਮੇਸ਼ਾ ਹੀ ਇੱਕ ਅਹਿਮ ਵਿਸ਼ਾ ਰਿਹਾ ਹੈ। ਜੀ ਹਾਂ, ਇਹ ਇਮੀਗ੍ਰੇਸ਼ਨ ਦਾ ਵਿਸ਼ਾ ਹੈ ਜੀ। ਇਮੀਗ੍ਰੇਸ਼ਨ ਖਾਸ ਕਰਕੇ ਕੈਨੇਡਾ, ਜਿਹਨੂੰ ਕਿ ਸੁਪਨਿਆਂ ਦਾ ਦੇਸ਼ ਕਿਹਾ ਜਾਂਦਾ ਹੈ, ਔਰ ਸਾਡੀ ਜਿਹੜੀ ਯੂਥ ਆ ਉਹ ਹਮੇਸ਼ਾ ਤਤਪਰ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਪਹੁੰਚਿਆ ਜਾਵੇ। ਪਰ ਕਈ ਵਾਰ ਸਹੀ ਜਾਣਕਾਰੀ ਦੀ ਘਾਟ ਹੋਣ ਕਰਕੇ ਉਹ ਗਲਤ ਰਸਤਿਆਂ ਨੂੰ ਅਪਣਾ ਲੈਂਦੇ ਨੇ ਔਰ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਨੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਐਡਮਿੰਟਨ ਦੇ ਨਾਮਵਰ ਇਮੀਗ੍ਰੇਸ਼ਨ ਕੰਸਲਟੈਂਟ ਨੇ। ਉਹਨਾਂ ਦੀ ਕੰਸਲਟੈਂਸੀ ਦਾ ਨਾਮ ਹੈ ਕਰੀਅਰ ਪਲੱਸ ਇਮੀਗ੍ਰੇਸ਼ਨ, ਅਤੇ ਇਸ ਕੰਪਨੀ ਦੇ CEO ਅਤੇ ਡਾਇਰੈਕਟਰ ਸਰਦਾਰ ਕਮਲਜੀਤ ਸਿੰਘ ਜੀ ਸਾਡੇ ਦਰਮਿਆਨ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ। ਆਓ, ਤੁਹਾਡੀ ਇਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਸਰਦਾਰ ਕਮਲਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ, ਪੰਜਾਬੀ ਨੈਸ਼ਨਲ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੱਕ ਅਪਰਚੁਨਿਟੀ ਦਿੱਤੀ ਆ। ਸੋ ਪੰਜਾਬੀ ਨੈਸ਼ਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ ਅਤੇ ਨਮਸਤੇ ਜੀ। ਭਾਅ ਜੀ, ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ, ਪਰ ਇਸ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਦੱਸਿਓ ਵੀ ਤੁਸੀਂ ਆਪਣੀ ਕੰਪਨੀ ਦੇ ਥਰੂ ਕਿਹੜੀਆਂ ਕਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਪ੍ਰੋਵਾਈਡ ਕਰਦੇ ਜੀ? ਬਹੁਤ ਵਧੀਆ ਸਵਾਲ ਜੀ ਤੁਸੀਂ ਕੀਤਾ ਜੀ। ਹਰ ਇੱਕ ਬੰਦੇ ਦੀ ਕੋਈ ਮਹਾਰਤ ਹੁੰਦੀ ਆ, ਬਿਲਕੁਲ। ਸੋ ਅਸੀਂ ਇਮੀਗ੍ਰੇਸ਼ਨ ਦੀਆਂ ਸਾਰੀਆਂ ਹੀ ਸੇਵਾਵਾਂ ਪ੍ਰਦਾਨ ਕਰਦੇ ਹਾਂ ਰਿਫਿਊਜੀ ਨੂੰ ਛੱਡ ਕੇ। ਸੋ ਜਿਹੜੀ ਆਪਾਂ ਪਰਫੈਕਸ਼ਨ ਕਹਿ ਲਈਏ ਕਿ ਜਿਹਦੇ 'ਚ ਸਾਡੀ ਮੇਜਰ ਪ੍ਰੈਕਟਿਸ ਆ ਜਾਂ ਕੋਰ ਏਰੀਆ ਗਿਣਿਆ ਜਾਂਦਾ ਉਹ ਰਿਫਿਊਜ਼ਲਸ ਨੇ ਜੀ। ਜੇ ਕੋਈ ਬੰਦੇ ਦੀ ਕਿਸੇ ਦੀਆਂ ਰਿਫਿਊਜ਼ਲ ਹੋ ਗਈਆਂ ਕਿਸੇ ਵੀ ਐਪਲੀਕੇਸ਼ਨ ਦੇ ਵਿੱਚੋਂ, ਜਾਂ ਉਹਨੂੰ ਕੈਨੇਡਾ ਛੱਡ ਕੇ ਵਾਪਸ ਜਾਣਾ ਪੈ ਰਿਹਾ ਜਾਂ ਡਿਪੋਰਟ ਹੋ ਰਿਹਾ, ਸੋ ਇਹੋ ਜਿਹੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਐਪਲੀਕੇਸ਼ਨਸ ਆ, ਸੋ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਔਰ ਬਹੁਤ ਸਾਰੇ ਵਧੀਆ ਟਰੈਕ ਰੈਕਰਡ ਵੀ ਹੈਗੇ ਨੇ ਕਿ ਜਿਹੜੇ ਐਪਲੀਕੇਸ਼ਨ ਅਪਰੂਵ ਹੋਈਆਂ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ ਜਿਹੜੇ ਕੇਸਿਸ ਦੇ ਵਿੱਚ ਰਿਫਿਊਜ਼ਲ ਲੱਗ ਚੁੱਕੀ ਹੋਵੇ, ਈਵਨ ਕਈ ਵਾਰੀ ਉਹਨਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਵੀ ਹੋ ਜਾਂਦੇ ਨੇ, ਜਾਂ ਉਹਨਾਂ ਨੇ ਕਈ ਵਾਰੀ ਕੋਈ ਰੂਲਸ ਰੈਗੂਲੇਸ਼ਨਸ ਪ੍ਰੋਪਰਲੀ ਫੋਲੋ ਨਹੀਂ ਕੀਤੇ ਹੁੰਦੇ ਜਿਨ੍ਹਾਂ ਕਾਰਨ ਉਹ ਆਊਟ ਆਫ ਸਟੇਟਸ ਹੋ ਜਾਂਦੇ ਨੇ, ਫਿਰ ਤੁਸੀਂ ਇਹੋ ਜਿਹੇ ਲੋਕਾਂ ਦੀ ਹੈਲਪ ਕਿਵੇਂ ਕਰਦੇ ਤੁਸੀਂ? ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਵੀ ਅਸੀਂ ਲੀਗਲ ਵੇ ਦੇ ਨਾਲ ਜੋ ਵੀ ਕੈਨੇਡੀਅਨ ਇਮੀਗ੍ਰੇਸ਼ਨ ਇਰਪਾ ਰੈਗੂਲੇਸ਼ਨ ਐਂਡ ਐਕਟ ਹਨ ਉਹਦੇ ਅਕੋਰਡਿੰਗ ਹੀ ਆਪਣੀ ਸਰਵਿਸ ਪ੍ਰੋਵਾਈਡ ਕਰਦੇ ਹਾਂ। ਜਿਸ ਵੀ ਰਿਫਿਊਜ਼ਲਸ ਮਨਜੀਤ ਜੀ ਕਿਵੇਂ ਆਉਂਦੀ ਹੈ ਕਿ ਜੇ ਕੋਈ ਐਪਲੀਕੇਸ਼ਨ ਜਾਂ ਤਾਂ ਚੰਗੀ ਤਰ੍ਹਾਂ ਉਹ ਪ੍ਰਜੈਂਟ ਨਹੀਂ ਕੀਤੀ ਗਈ, ਜਾਂ ਉਸ ਐਪਲੀਕੇਸ਼ਨ ਦੇ ਵਿੱਚ ਕੁਛ ਇੱਦਾਂ ਦੀਆਂ ਚੀਜ਼ਾਂ ਸੀਗੀਆਂ, ਕਮੀਆਂ ਰਹਿ ਗਈਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਸੀਗੀਆਂ। ਸੋ ਕੁਛ ਐਪਲੀਕੇਸ਼ਨਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਵੀ ਜਿਹੜੀਆਂ ਐਲੀਜੀਬਿਲਿਟੀ ਮੀਟ ਹੀ ਨਹੀਂ ਕਰਦੀਆਂ ਅਤੇ ਉਹ ਸਬਮਿਟ ਕਰ ਦਿੰਦੇ ਨੇ ਲੋਕ। ਸੋ ਅਜਿਹੀਆਂ ਐਪਲੀਕੇਸ਼ਨਾਂ ਤੋਂ ਇਲਾਵਾ ਜਿਹੜੀਆਂ ਐਪਲੀਕੇਸ਼ਨਾਂ 'ਚ ਕੋਈ ਕਿਸੇ ਕਾਰਨ ਕਰਕੇ ਲਾਅ ਕਰਕੇ ਜਾਂ ਕੁਛ ਵੀ ਇੱਦਾਂ ਦੀ ਤਰੁੱਟੀ ਰਹਿ ਗਈ ਆ, ਉਹਨਾਂ ਐਪਲੀਕੇਸ਼ਨਾਂ ਨੂੰ ਅਸੀਂ ਲਾਅ ਦੇ ਆਧਾਰ 'ਤੇ ਪ੍ਰੋਪਰ ਵੇ ਦੇ ਨਾਲ ਲੀਗਲੀ ਉਹਨੂੰ ਸਬਮਿਟ ਕਰਕੇ ਅਤੇ ਅਪਰੂਵਲ ਲੈਂਦੇ ਹਾਂ। ਠੀਕ ਹੈ ਜੀ। ਕਹਿਣ ਦਾ ਮਤਲਬ ਵੀ ਕਈ ਵਾਰੀ ਐਪਲੀਕੇਸ਼ਨ ਮਿਸਰੀਪ੍ਰਜੈਂਟੇਸ਼ਨ ਹੁੰਦੀਆਂ ਨੇ ਔਰ ਤੁਸੀਂ ਉਹਨਾਂ ਦੇ ਵਿੱਚ ਜਿਹੜੀਆਂ ਲੋੜੀਂਦੀਆਂ ਅਮੈਂਡਮੈਂਟਸ ਕਰਨ ਵਾਲੀਆਂ ਨੇ ਜਾਂ ਸ਼ੋਧਾਂ ਕਰਨ ਵਾਲੀਆਂ ਨੇ ਉਹਨਾਂ ਨੂੰ ਕਰਕੇ ਤੁਸੀਂ ਪ੍ਰੋਪਰਲੀ ਸਬਮਿਟ ਕਰਦੇ ਜੇ? ਇਹ ਦੋਵੇਂ ਜੀ ਡਿਫਰੈਂਟ ਡਿਫਰੈਂਟ ਕੰਪੋਨੈਂਟ ਆ ਜਾਂਦੇ ਨੇ। ਇੱਕ ਮਿਸਰੈਪ੍ਰਜੈਂਟੇਸ਼ਨ ਮਤਲਬ ਕਿ ਵੀ ਕੁਛ ਚੀਜ਼ਾਂ ਗਲਤ ਲਾਈਆਂ ਹੋਈਆਂ, ਇੱਕ ਹੈ ਕਿ ਉਹਨੂੰ ਪ੍ਰਜੈਂਟ ਚੰਗੀ ਤਰ੍ਹਾਂ ਨਹੀਂ ਕੀਤਾ ਹੋਇਆ, ਅਧੂਰਾ ਰਹਿ ਗਿਆ, ਅਧੂਰੀਆਂ ਉਹਦੀ ਜਿਹੜੀ ਐਕਸਪਲੇਨੇਸ਼ਨ ਆ ਉਹਦੇ ਨਾਲ ਰਿਲੇਟਡ ਸਪੋਰਟਿੰਗ ਡਾਕੂਮੈਂਟਸ ਆ ਉਹ ਨਹੀਂ ਲਾਏ, ਜਾਂ ਕਿਸੇ ਗਲਤੀ ਕਰਕੇ
कोई बंदा जिहड़ा कि वह उन्हूं एप्लीकेशन ये नहीं कोई होर लाउणी चाहीदी सीगी जां वह एलीजिबल नहीं हैगा किसी बॉर्डर ते जाण वास्ते जां वह एप्लीकेशन लाउण वास्ते बट उहदी उहनूं इमीग्रेशन की नॉलेज ना होण करके वह बॉर्डर ते चला गया तो उत्थों उहनूं डेपोटेशन दे ऑर्डर हो गए कि भी तुहानूं वापस जाना पैणा है कैनेडा तों सो अजिहियां कुछ जिहड़ियां एप्लीकेशनां ने जिन्हां दीआं त्रुटियां लॉ दे अधीन असीं ठीक कर करके तो उन्होंने एप्लीकेशन असी काम करते हैं जी। इस तो इलावा मनजीत जी जिहड़ियां एम्पलॉयर्स वास्ते भी असी सेवावां प्रदान करते हैं जिवें कि एम्पलॉयर्स नूं LMIAs वगैरह चाहिए ने टैंपरेरी फॉरन वर्कर हायर करने लिए सो जी उन्हों की LMIA की प्रोसैसिंग है वो असी अपनी कंपनी के करते हैं सो नाल दे नाल ही जिहड़ियां एप्लीकेशनस चैलेंजिंग एप्लीकेशन जिहदे विच लिटीगेशन का मैटर आ सो इमीग्रेशन भी दो पार्ट दे विच डिवाइड अप गिण सकते हैं एक हैगी जी जिहड़ियां जनैरिक एप्लीकेशन जनरल एप्लीकेशन लगदियां ने सो एक एप्लीकेशन होंदियां ने जिहदे विच लिटीगेशन मैटर आ कोई रिफ्यूजल होगी जां कोई लॉ की प्रॉब्लम होगी जां कुछ इदां दी इनएडमिसिबिलिटी है किसी ते क्रिमिनैलिटी है जां कुछ किसी भी कारण करके वो कैनेडा च इनएडमिसिबल ने एडमिसिबल नहीं हो सकते सो उह जिहियां एप्लीकेशनां वो लीगैलिटी दे अंडर आउंदियां ने सो असी अपने इस कंपनी दे विच जनरल जिहड़ियां एप्लीकेशनां ने वह भी करते हैं जिहड़ियां कि वर्क परमिट परमानेंट रेजिडेंसी विजिटर सुपर वीजा हो इस तो इलावा नाल दे नाल जिहड़ी साडी महारत आ जी असी लिगैलिटी वालियाँ एप्लीकेशन जिहड़ियां चैलेंजिंग्स ने जिन्हां नूं जिवें मैं पहले ही दस चुका डिपोर्टेशन लगी हुई है जां इनएडमिसिबल ने सो इस तरह दी ऐसी एप्लीकेशन जिहड़ियां प्रोसीड करते हैं। ठीक है जी कमलजीत जी इस वेले एक बड़ा इमीग्रेशन नाल रिलेटड अहम मुद्दा बनया होया वा तुसीं शायद नोट किया होवे सोशल मीडिया से या कई बार सानूं भी फोन कॉल्स आउंदियां ने कि रीसेंटली जिहड़ी गवर्नमेंट ऑफ कैनेडा ने अनाउंसमेंट की है वर्क परमिट नूं लैके खास करके जिहड़े साडे विजिटर इत्थे आए हुए ने उहनां दे संबंध विच इस नूं थोड़ा जिहा क्लीयर करो क्योंकि बहुत लोगों के गलत फहमियां ने और कई लोग इस नूं मिसयूज़ भी कर रहे हैं। बहुत वधिया सवाल मेरे ख्याल नाल तुसीं उही वीडियो कोट कर रहे हो जिहड़ी मैं भी थोड़े दिन पहला फेसबुक ते देखी आ। बिल्कुल सो फेसबुक ते एक वीडियो वायरल हुई आ जिहदे च जस्टिन ट्रूडो साहब दी उपर पिक्चर लगी हुई आ और एक लेडी जिहड़ी आ न्यूज़ दे तौर ते पढ़ रही है कि भी कैनेडा ने एक बड़ी वधिया अपॉर्चुनिटी दित्ती आ जी जिन्ने विजिटर आ हुण कैनेडा च पक्के हो सकदे ने ਉਹ ਕੈਨੇਡਾ 'ਚ ਉਹਨਾਂ ਨੂੰ ਸਿਰਫ ਇੱਕ ਜੋਬ ਆਫਰ ਦੀ ਲੋੜ ਆ ਅਤੇ ਜੋਬ ਆਫਰ ਲੈ ਕੇ ਅਤੇ ਉਹ ਆਪਣਾ ਵਰਕ ਪਰਮਿਟ ਲੈ ਸਕਦੇ ਨੇ ਅੱਗੇ PR ਪਾ ਸਕਦੇ ਨੇ। ਠੀਕ ਹੈ ਸਭ ਤੋਂ ਪਹਿਲਾਂ ਜੀ ਮਨਜੀਤ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਨੂੰ ਸਾਡੇ ਆਪਣੇ ਭਾਈਚਾਰੇ ਨੂੰ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਸੋਸ਼ਲ ਮੀਡੀਆ 'ਤੇ ਉਹਨੂੰ ਸੁਣਨ ਦੇ ਨਾਲ ਨਾਲ ਉਹਦੀ ਤਹਿ ਤੱਕ ਜਾਣਾ ਚਾਹੀਦਾ ਆ ਕਿ ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਇਮੀਗ੍ਰੇਸ਼ਨ IRCC ਦੀ ਵੈਬਸਾਈਟ ਦੇ ਉੱਤੇ ਦਿੱਤੀ ਹੋਈ ਆ ਐਂਡ ਐਕਸਪਲੇਨ ਕੀਤੀ ਹੋਈ ਆ। ਬਿਲਕੁਲ ਸੋ ਉਹਦੇ 'ਚ ਜਿਹੜੀ ਭਾਵ ਆ ਯੈਸ ਇੱਕ ਅਨਾਊਂਸਮੈਂਟ ਥੋੜ੍ਹੇ ਦਿਨ ਪਹਿਲਾਂ 2 ਵੀਕ ਪਹਿਲਾਂ ਹੋਈ ਸੀਗੀ ਕਿ ਕੈਨੇਡਾ ਦੇ ਜਿਹੜੇ ਵਿੱਚ ਵਿਜ਼ਿਟਰ ਨੇ ਉਹ ਕੈਨੇਡਾ ਦੇ ਵਿੱਚ ਰਹਿ ਕੇ ਹੀ ਆਪਣਾ ਵਰਕ ਪਰਮਿਟ ਲੀਗਲ ਤਰੀਕੇ ਨਾਲ ਲੈ ਸਕਦੇ ਨੇ। ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਸ ਨਿਊਜ਼ ਬਾਰੇ ਦੱਸਣਾ ਚਾਹੂੰਗਾ ਕਿ ਉਹ ਨਿਊਜ਼ ਹੈ ਕੀ ਆ। ਬਿਲਕੁਲ ਉਹਦਾ ਡਿਫਰੈਂਸ ਜਿਹੜਾ ਆ ਸੋ ਪਹਿਲਾਂ ਕੀ ਹੁੰਦਾ ਸੀਗਾ ਅਤੇ ਉਸ ਡੇਟ ਤੋਂ ਬਾਅਦ 24 ਅਗਸਤ ਤੋਂ ਬਾਅਦ ਵਾਲਾ ਕੀ ਪ੍ਰੋਸੈਸ ਚੇਂਜ ਕੀ ਹੋਇਆ? ਹਾਂਜੀ ਸੋ ਮਨਜੀਤ ਜੀ ਜਿਵੇਂ ਕਿ ਪਹਿਲਾਂ ਸੀਗਾ ਕਿ ਕੋਈ ਵੀ ਜਿਹੜਾ ਵਿਜ਼ਿਟਰ ਕੈਨੇਡਾ ਦੇ ਵਿੱਚ ਅਗਰ ਉਹਨੇ ਵਰਕ ਪਰਮਿਟ ਲੈਣਾ ਆ ਉਹਦੇ ਕੋਲ LMIA ਹੋਣੀ ਜ਼ਰੂਰੀ ਆ। ਬਿਲਕੁਲ ਐਂਡ LMIA ਆਉਣ ਤੋਂ ਬਾਅਦ ਵੀ ਉਹ ਜਿਹੜੀ ਫਾਈਲ ਆ ਆਪਣੀ ਉਹਨੂੰ ਜਾਂ ਤਾਂ ਉਹਨੂੰ ਓਵਰਸੀਜ਼ ਕਿਸੇ US ਦੇ ਵਿੱਚ ਜਾਂ ਆਪਣੀ ਨੈਸ਼ਨੈਲਿਟੀ ਦੇ ਵਿੱਚ ਭੇਜਣੀ ਪੈਂਦੀ ਸੀ ਪ੍ਰੋਸੈਸਿੰਗ ਵਾਸਤੇ ਜਾਂ ਉਹਨੂੰ ਬਾਰਡਰ 'ਤੇ ਜਾਣਾ ਪੈਂਦਾ ਸੀ। ਬਿਲਕੁਲ ਜਿਹਨੂੰ ਪੋਰਟ ਆਫ ਐਂਟਰੀ ਕਹਿੰਦੇ ਆ ਜਾਂ ਫਲੈਗ ਪੋਲ ਕਹਿੰਦੇ ਫਲੈਗ ਪੋਲ ਕਹਿ ਲੈਂਦੇ ਹਾਂ ਉਹਨੂੰ ਆਪਾਂ ਸੋ ਉਹਨੂੰ ਬਾਰਡਰ 'ਤੇ ਜਾ ਕੇ ਫਲੈਗ ਪੋਲ US ਥਾਣੀ ਕਰਕੇ ਆ ਕੇ ਫਿਰ ਉਹ ਆਪਣੀ ਜਿਹੜੀ ਕੈਨੇਡੀਅਨ ਬਾਰਡਰ ਆ CBSA ਵਾਲੇ ਉਹਦੀ ਇੰਟਰਵਿਊ ਕਰਦੇ ਸੀ ਉਹਨੂੰ ਵਰਕ ਪਰਮਿਟ ਦਿੰਦੇ ਸੀ। ਠੀਕ ਹੈ ਜੀ ਸੋ ਹੁਣ ਗਵਰਨਮੈਂਟ ਨੇ ਮੱਦੇਨਜ਼ਰ ਰੱਖਦੇ ਹੋਏ ਕਿ ਵੀ ਕੋਵਿਡ ਦੇ ਕਰਕੇ ਜਿਹੜਾ ਬਾਰਡਰ 'ਤੇ ਜਾਣਾ ਜਾਂ ਸੇਫ ਨਹੀਂ ਹੈਗਾ ਕਿਉਂਕਿ ਕਰੋਨਾ ਦੇ ਜਿਹੜੇ ਕੇਸਿਸ ਨੇ ਉਹ ਵੱਧ ਰਹੇ ਨੇ ਸੋ ਉਹਨਾਂ ਨੇ ਇੱਕ ਐਗਜ਼ੰਪਸ਼ਨ ਅਨਾਊਂਸ ਕੀਤੀ ਹੈ ਕਿ ਵੀ ਹੁਣ ਤੁਹਾਨੂੰ ਬਾਰਡਰ 'ਤੇ ਜਾਣ ਦੀ ਲੋੜ ਨਹੀਂ। ਠੀਕ ਹੈ ਜੀ ਰਾਈਟ ਵੀ ਇਹ ਜਿਹੜੀ ਐਪਲੀਕੇਸ਼ਨ ਹੈ ਤੁਸੀਂ ਵਿਦ ਇਨ ਕੈਨੇਡਾ ਹੀ ਔਨਲਾਈਨ ਸਬਮਿਟ ਕਰ ਸਕਦੇ ਹੋ। ਸੋ ਅਨਾਊਂਸਮੈਂਟ ਸੀਗੀ ਐਕਚੁਲੀ ਇਹ ਕਿ ਵੀ ਜਿਹੜੀ ਤੁਹਾਡੀ ਅੱਗੇ ਤੁਹਾਨੂੰ ਬਾਰਡਰ 'ਤੇ ਜਾਣਾ ਪੈਂਦਾ ਸੀ ਫਲੈਗ ਪੋਲ ਕਰਨਾ ਪੈਂਦਾ ਸੀਗਾ ਉਹਨੂੰ ਹੁਣ ਉਹਨਾਂ ਨੇ ਕੱਟ ਕਰਕੇ ਅਤੇ ਉਹਨਾਂ ਕਹਿ ਦਿੱਤਾ ਕਿ ਵੀ ਤੁਸੀਂ ਇੱਥੇ ਕੈਨੇਡਾ 'ਚ ਰਹਿੰਦੇ ਹੋਏ ਅੰਦਰ ਬੈਠੇ ਹੀ ਆਪਣੀ ਔਨਲਾਈਨ ਐਪਲੀਕੇਸ਼ਨ ਲਾ ਸਕਦੇ ਹੋ। ਠੀਕ ਹੈ ਜੀ ਹੁਣ ਜਿਹੜੀ ਨਿਊਜ਼ ਸੀਗੀ ਉਦੋਂ ਬਣ ਕੇ ਆਈ ਨਿਊਜ਼ ਇਹ ਬਣ ਕੇ ਆਈ ਕਿ ਵੀ ਜਿਨ ਕੈਨੇਡਾ ਦੇ ਵਿੱਚ ਰਹਿ ਕੇ ਤੁਸੀਂ ਬਿਨਾਂ ਜੋਬ ਬਿਨਾਂ LMIA ਦੇ ਜੋਬ ਆਫਰ ਦੇ ਨਾਲ
वर्क परमिट ले सकते हो। बिल्कुल, तो तुसी फर्क समझने की कोशिश करियो। पहला इदा सीगा कि बॉर्डर ते फ्लैग पोल करना पैंदा सीगा, एल एम आई ए जरूरी सी। हाँ जी, हुण भी एल एम आई ए उस तरह ही जरूरी आ, सिर्फ तो सिर्फ जी एक एग्जाम्पशन आ, इन्हों हम जो पोर्ट ऑफ एंट्री या फ्लैग पोल करना वो एग्जाम्प्ट करता। वेरी गुड, बाकी का सारा प्रोसैस जोड़ा उस तरह ही आ। एप्लीकेशन ऑनलाइन जाऊगी, ऑफिसर नू अगर रिक्वायर्ड आ तो वह इन्हों इंटरव्यू करेंगे, चाहे वह ओवर द फोन कर सकते हैं, चाहे वह इन परसन बुला सकते हैं। ठीक है, जिदा द इंटरव्यू बॉर्डर पर होंगी सी, सो सिमिलर पार्ट आ, ओनली एंड ओनली एग्जाम्पशन है कि तुम बॉर्डर पर फ्लैग पोल कर नहीं जाना। हुण उहदे च दुचित्ती कित्थों पैदा होई जी, उहदे च इह सीगा कि जिन्ना जॉब ऑफर ते एल एम आई ए एग्जाम्प्ट जॉब ऑफर। हाँ जी, सो वीज़े जिहड़े वर्क परमिट होंदे ने जी, वो इस तरह होंदे ने, कईआं दे विच एल एम आई ए दी लोड होंदी आ, लेबर मार्केट इंपैक्ट असैसमेंट। हाँ जी, राइट, जिन्हों पहला एल एम ओ वी कहिंदे सीगे। सो कई इदां दीआं आकूपेशन ने कैनेडा दे विच जिन्हां नूं एल एम आई ए दी लोड नहीं। ठीक है, वो बिना एल एम आई ए तो एक इंपलायर सिर्फ एक जॉब ऑफर दे दिंदा आ और वो वर्क परमिट ले लेंदे ने। उहदा भी एक प्रोसीजर आ कि जॉब ऑफर जिहड़ी इंपलायर ने देनी आ वो किद्दां देनी आ, वो कुछ इंपलायर दीआं ओबलीगेशनस होंदीआं ने। सो न्यूज़ इह सी कि भी हुण जिहड़े भी बंदे एलीजिबल ने वर्क परमिट वास्ते, चाहे एल एम आई ए वाले चाहे जॉब ऑफर वाले, उन्हां नूं बॉर्डर ते जाण दी लोड़ नहीं, विद इन कैनेडा वर्क परमिट लै सकदे ने। उस न्यूज़ नूं जिहड़ा तोड़ मरोड़ के इदां बना दिता गया भी हुण तुहानूं कुछ लोड़ नहीं हैगी, कैनेडा जिहड़ा कोविड दे करके यह जॉब ऑफर के आधार पर एक जस्ट पीस ऑफ पेपर के आधार पर तुहानूं जिहड़ा इत्थे वर्क परमिट ते पी आर दूगा। बिल्कुल, सो यह जिहड़ी आ न्यूज़ बड़ी चर्चा दे विच आ, सानूं रोज़ दीआं मेरे ख्याल नाल 8-10 कॉल्स जिहड़ियां ने उह कॉमन आ। वट्सएप दे उत्ते सानूं इंडिया तो काफ़ी सारे मैसेजेस आउंदे हन। सो जिस तरह तुसीं दस्सिया, तुसीं बिल्कुल सही कहा कि भी जिहड़ी कई बंदे इन्हां चीज़ां नूं लै के मिसलीड हो रहे ने, है ना। सो कई इदां दे केसिस भी देखने मिल रहे ने, सानू कॉल आउंदी है जी, सानू एक एजेंट आ जी, वो कहिंदा जी मैं तुहानू जी एक्स अमाउंट इन्ने पैसे लैके दे जी, मैं जॉब ऑफर करा दिंदा। ठीक है जी, की जी ये सही है, सानू वर्क परमिट मिल जूगा, असीं कैनेडा दे विच आ गए हाँ। सो यह सानू सारे नू बहुत ध्यान देण दी जोगा, तुसीं अपने जिहड़े पंजाबी नैशनल चैनल और तुहाडे माध्यम राही जिहड़ी ये न्यूज़ पहुँचा रहे हो, मैनू लगता है कि साढ़े जिन्ने पंजाबी भैण भरा ने इहदे तों कुछ ना कुछ जरूर सिक्ख्या लैणगे। और मैं नाल कहिंदा कि IRCC दी वैबसाइट दे उत्ते जाओ, उत्थे चैक करो, इहदे बारे बड़ी डिटेल्ड इनफॉर्मेशन दित्ती हुई है जी। बिल्कुल जी, कबल जीत भाजी, जिहड़ी अज्ज असीं विचार चर्चा कर रहे हां, इहदा मकसद भी यही आ कि लोकां नूं जिहड़ियां गलत फहमियां ने जां अफवाहां उड्डियां फिरदियां ने मार्केट दे विच, असीं उहनां नूं सतर्क कर सकीए, उहनां नूं सही अतें सटीक जानकारी मुहैया करवा सकीए। और बहुत वधिया शब्दां दे विच और क्लीयर शब्दां दे विच तुसीं निखेड़ा कीता है इस गल्लबात दा कि जिवें पहलां तुसीं वर्क परमिट दे लई फ्लैग पोल करन बॉर्डर ते जांदे सी, हुण मौजूदा हालातों के COVID-19 की स्थिति नूं ध्यान विच रखदिआं उही एक तुहानूं एग्जम्पशन मिली आ, बाकी सब सेम है। बाकी सब तुहानूं एक पीस ऑफ पेपर के उपर वर्क परमिट नहीं मिलेगा, बल्कि एक इंपलॉयर वालों तुहानूं LMIA लेनी पवेगी। हाँ जी भाजी, अगर अगे गल तुरी आप इमीग्रेशन के नाल, तो जिवें काफ़ी साढ़े रिश्तेदार दोस्त वो इंडिया तो एज ए विजिटर या सुपरविजे ते आए हुए ने और इत्थे आके वो स्टक हो गए ने ड्यू टू COVID-19, कई ने एक्सटेंशन हो सकता पाई होवे और कई लोग यहो जे भी होणगे जिहड़े आउट ऑफ स्टेटस हो गए ने, उन्हां लई इस वेले की पॉसिबिलिटी है, किवें असी उन्हां नूं किसी तरीके नाल सेफ इत्थे कोई स्टेटस प्रोवाइड कर सकते हैं। बहुत वधिया सवाल है जी, सानू भी इदां दीआं कॉल्स बहुत आउंदियां ने कि भी असीं इत्थे वी गॉट स्टैंडर्ड हेयर एंड की इहदा ऑपरचुनिटीज़ आ। सो सब तो पहली चीज़ तो यह है जी कि जिहड़ी कैनेडा गवर्नमेंट आ IRCC इमीग्रेशन मिनिस्टर्स वालों समय समय के उत्ते बहुत ही वधिया अनाउंसमेंट कीतियां जा रही हैं, कोविड नूं मद्देनज़र रखते बहुत सारिया एग्जम्पशन दित्तियां जा रही हैं, ता कि जे कोई विजिटर वर्कर जां कोई होर इत्थे कैनेडा दे विच हन, उहो किसे भी कारण करके
ਆਪਣੇ ਆਪ ਨੂੰ ਇਸ ਇੱਦਾਂ ਦੀ ਸਿਚੁਏਸ਼ਨ 'ਚ ਨਾ ਪਾ ਲੈਣ ਕਿ ਜਿੱਥੇ ਉਹ ਸਟ੍ਰੈਸ 'ਚ ਚਲੇ ਜਾਣ ਜਾਂ ਉਹਨਾਂ ਨੂੰ ਅੱਗੇ ਕੋਈ ਰਸਤਾ ਨਾ ਦੇਖੇ। ਠੀਕ ਹੈ ਜੀ। ਹਾਲੇ ਹੀ ਹਾਲ ਦੇ ਵਿੱਚ ਹੀ ਇੱਕ ਅਪਡੇਟ ਅਨਾਊਂਸ ਹੋਈ ਸੀ ਜੀ ਜੁਲਾਈ ਦੇ ਵਿੱਚ, ਆਈ ਬਲੀਵ ਜੁਲਾਈ 14 ਜਾਂ 15 ਤਰੀਕ ਨੂੰ। ਹਾਂਜੀ। ਜਿਵੇਂ ਕਿ ਉਹਦੇ 'ਚ ਉਹਨਾਂ ਨੇ ਅਨਾਊਂਸ ਇਹ ਕੀਤਾ ਗਿਆ ਸੀ ਵੀ ਕੋਈ ਵੀ ਬੰਦਾ ਜਿਹੜਾ ਕਿ ਕੋਵਿਡ ਦੇ ਕਰਕੇ ਆਪਣੇ ਐਕਸਟੈਂਸ਼ਨ ਨਹੀਂ ਪਾ ਸਕਿਆ, ਕੋਈ ਵੀ ਟੈਂਪਰੇਰੀ ਰੈਜ਼ੀਡੈਂਟ 'ਚ, ਟੈਂਪਰੇਰੀ ਰੈਜ਼ੀਡੈਂਟ ਦੇ ਵਿੱਚ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਔਰ ਵਰਕ ਪਰਮਿਟ, ਇਹ ਸਾਰੇ ਹੀ ਉਹਦੇ ਵਿੱਚ ਆਉਂਦੇ ਹਨ। ਠੀਕ ਹੈ ਜੀ। ਕੋਵਿਡ ਦੀਆਂ ਜਿਹੜੀਆਂ ਆਈਸੋਲੇਟ ਟਰੈਵਲ ਰਿਸਟ੍ਰਿਕਸ਼ਨ ਜਾਂ ਇਹਦੇ ਕਰਕੇ ਵਾਪਸ ਨਹੀਂ ਜਾ ਸਕੇ ਜਾਂ ਕੋਈ ਕਿਸੇ ਵੀ ਕਾਰਨ ਕਰਕੇ ਜਾਂ ਅਨਇੰਪਲੋਇਮੈਂਟ ਕਰਕੇ ਜੋ ਐਕਸਟੈਂਸ਼ਨ ਨਹੀਂ ਪਾ ਸਕੇ, ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਅਨਾਊਂਸਮੈਂਟ ਕੀਤੀ ਸੀ ਗਈ ਸੀਗੀ ਕਿ ਉਹਨਾਂ ਕੋਲ 31 ਦਸੰਬਰ 2020, ਸੋ December 31, 2020 ਤੱਕ ਟਾਈਮ ਹੈਗਾ। ਠੀਕ ਹੈ ਜੀ। ਕਿ ਚਾਹੇ ਉਹ ਆਊਟ ਆਫ ਸਟੈਟਸ ਵੀ ਹੋ ਗਏ ਹਨ, ਉਹ ਆਪਣਾ ਸਟੈਟਸ ਦੁਬਾਰਾ ਰੀਸਟੋਰ ਕਰ ਸਕਦੇ ਹਨ, ਉਹਨਾਂ ਨੂੰ ਇੱਥੋਂ ਤੱਕ ਦੀ ਸਹੂਲਤ ਦਿੱਤੀ ਗਈ ਹੈ। ਸੋ ਇਹਦੇ 'ਚ ਇੱਕ ਜਿਹੜੀ ਧਿਆਨ ਰੱਖਣ ਯੋਗ ਗੱਲ ਹੈ ਕਿ ਜਿਹੜੇ ਵੀ ਕੈਂਡੀਡੇਟ, ਹਾਂਜੀ, ਟੈਂਪਰੇਰੀ ਰੈਜ਼ੀਡੈਂਟ, ਵਿਜ਼ਟਰ, ਸੁਪਰ ਵਰਕ ਪਰਮਿਟ ਵਾਲੇ ਜਿਹੜੇ ਵੀ ਕੈਂਡੀਡੇਟ ਜਿਨ੍ਹਾਂ ਦਾ ਸਟੈਟਸ 31 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋਇਆ, ਹਾਂਜੀ, ਕਿਉਂਕਿ ਕੋਵਿਡ ਦਾ ਜਿਹੜਾ ਇੰਪੈਕਟ ਸੀਗਾ ਦਸ ਫੈਬਰੀ ਔਨਵਰਡ ਸੀਗਾ, ਸੋ ਜਿਨ੍ਹਾਂ ਦਾ ਸਟੈਟਸ 31 ਜਨਵਰੀ 2020 ਇਸ ਸਾਲ ਜਨਵਰੀ ਦੇ ਲਾਸਟ ਦਿਨ ਤੋਂ ਬਾਅਦ 'ਚ ਐਕਸਪਾਇਰ ਹੋਇਆ, ਉਹ ਸਾਰੇ ਹੀ ਕੈਂਡੀਡੇਟ ਕੋਲ ਅਗਲੇ 11 ਮਹੀਨਿਆਂ ਤੱਕ ਦਾ ਟਾਈਮ ਹੈਗਾ, ਜਦ ਜੋ ਕਿ 31 ਦਸੰਬਰ 2020 ਤੱਕ। ਠੀਕ ਹੈ ਜੀ। ਸੋ ਉਹ ਉਦੋਂ ਤੱਕ ਅਗਰ ਉਹਨਾਂ ਨੂੰ ਕੋਈ ਵੀ ਜੇ ਕੋਈ ਵਰਕਰ ਆ ਅਗਰ ਉਹਨੂੰ ਫਰਦਰ LMIA 'ਚ ਡਿਲੇ ਹੁੰਦੀ ਆ, ਉਹ 31 ਦਸੰਬਰ ਤੱਕ ਅਗਰ ਉਹਨੂੰ ਨਵੀਂ ਜੋਬ ਆਫਰ ਜਾਂ LMIA ਮਿਲ ਜਾਂਦੀ, ਉਹ ਵਰਕ ਪਰਮਿਟ ਲੈ ਸਕਦਾ। ਹਾਂਜੀ। ਜੇ ਕੋਈ ਵਿਜ਼ਿਟਰ ਆ ਉਹ ਖੁੰਝ ਗਿਆ ਆਪਣੀ ਕੋਈ ਐਕਸਟੈਂਸ਼ਨ ਲਾਉਣ ਤੋਂ ਜਾਂ ਕੋਈ ਆਊਟ ਆਫ ਸਟੈਟਸ ਹੋ ਗਿਆ ਕਿਸੇ ਵੀ ਕਾਰਨ ਕਰਕੇ, ਸੋ ਸਟਿਲ ਉਹਨਾਂ ਨੂੰ ਟਾਈਮ ਜਿਹੜਾ ਹੈ ਉਹ 31 ਦਸੰਬਰ 2020 ਤੱਕ ਹੋਊਗਾ ਉਹਨਾਂ ਕੋਲ ਆਪਣੇ ਆਪ ਨੂੰ ਰੀਸਟੋਰ ਕਰਨ ਦਾ। ਸੋ ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੂੰਗਾ ਕਿ ਜਿਹੜਾ ਰੀਸਟੋਰ ਇੱਥੇ ਫਰਕ ਕੀ ਹੋਇਆ, ਮੈਨੂੰ ਵਧੀਆ ਲੱਗੂਗਾ ਕਿ ਜੇ ਆਪਾਂ ਪਹਿਲਾਂ ਕੀ ਸੀ ਅਤੇ ਹੁਣ ਕੀ ਆ। ਬਿਲਕੁਲ ਰਾਈਟ ਹੈ ਜੀ। ਜਿਵੇਂ ਉਹ ਫੋਟੋ ਨਹੀਂ ਲੱਗੀ ਹੁੰਦੀ ਜੀ, ਪਹਿਲਾਂ ਮੇਰਾ ਵੇਟ ਇੰਨਾ ਸੀਗਾ ਅਤੇ ਹੁਣ ਵਾਲਾ ਜਿਹੜਾ ਵੇਟ ਆ ਉਹ ਇੰਨਾ ਆ, ਬਿਫੋਰ ਐਂਡ ਆਫਟਰ, ਬਿਫੋਰ ਐਂਡ ਆਫਟਰ ਵਾਲਾ। ਠੀਕ ਹੈ ਜੀ। ਸੋ ਉਹ ਚੀਜ਼ ਆਪਾਂ ਨਾਲ ਦੇ ਨਾਲ ਡਿਸਕਸ ਕਰੀਏ ਅਤੇ ਸਾਡੇ ਦਰਸ਼ਕਾਂ ਨੂੰ ਵੀ ਸਾਰੀ ਚੀਜ਼ ਜਿਹੜੀ ਉਹ ਵਧੀਆ ਢੰਗ ਨਾਲ ਸਮਝ ਆਊਗੀ। ਪਹਿਲਾਂ ਜਿਹੜਾ ਸੀਗਾ ਜੀ ਰੀਸਟੋਰ ਕਰਨ ਦਾ ਟਾਈਮ, ਉਹ 90 ਦਿਨ ਦਾ ਹੁੰਦਾ ਸੀ। ਠੀਕ ਹੈ ਜੀ। ਜਿਹੜਾ ਕਿ 3 ਮਹੀਨੇ ਆਪਾਂ ਨੂੰ ਕਹਿੰਦੇ ਹਾਂ, ਹੈ ਨਾ। ਸੋ ਕਰੋਨਾ ਦੇ ਆਹ ਜੋ ਹੀ ਇਹ ਸਰਕਮਸਟੈਂਸ ਚੱਲ ਰਹੇ ਨੇ, ਸੋ ਉਹਨਾਂ ਨੇ ਇਹ ਕੀ ਕੀਤਾ ਕਿ ਇਸ ਟਾਈਮ ਨੂੰ ਐਕਸਟੈਂਡ ਕਰਕੇ December 31, 2020 ਤੱਕ ਕਰਤਾ। ਸੋ ਇਹ ਜਿੰਨੇ ਵੀ ਵਿਜ਼ਟਰ ਵਰਕਰ ਜਾਂ ਕੋਈ ਵੀ ਟੈਂਪਰੇਰੀ ਰੈਜ਼ੀਡੈਂਟ, ਉਹਨਾਂ ਨੇ ਅਗਰ ਆਪਣੇ ਆਪ ਨੂੰ ਹੁਣ ਆਊਟ ਆਫ ਸਟੈਟਸ ਵੀ ਹੋ ਗਏ ਹਨ, ਘਬਰਾਉਣ ਦੀ ਲੋੜ ਨਹੀਂ, ਉਹ 31 ਦਸੰਬਰ ਤੋਂ ਪਹਿਲਾਂ ਪਹਿਲਾਂ ਆਪਣੀ ਐਪਲੀਕੇਸ਼ਨ ਲਾ ਸਕਦੇ ਹਨ ਵਾਪਸ ਆਪਣੇ ਆਪ ਨੂੰ ਲੀਗਲ ਸਟੈਟਸ ਲਿਆਉਣ ਲਈ ਜੀ। ਠੀਕ ਹੈ ਜੀ। ਭਾਅ ਜੀ, ਇਮੀਗ੍ਰੇਸ਼ਨ ਨਾਲ ਹੋਰ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਇਸ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਇੱਕ ਵਾਰੀ ਆਪਣੇ ਆਫਿਸ ਦਾ ਐਡਰੈਸ ਅਤੇ ਫੋਨ ਨੰਬਰ ਜ਼ਰੂਰ ਸ਼ੇਅਰ ਕਰੋ ਜੀ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਮਨਜੀਤ ਜੀ ਅਤੇ ਪੰਜਾਬੀ ਨੈਸ਼ਨਲ ਦੇ ਚੈਨਲ ਰਣਜੀਤ ਸਿੱਧੂ ਜੀ ਨੂੰ, ਇਹ ਜੋ ਤੁਹਾਡਾ ਐਡਮੰਟਨ ਡਾਇਰੀ ਦਾ ਜਿਹੜਾ ਉਪਰਾਲਾ ਆ ਇਹ ਬਹੁਤ ਵਧੀਆ ਵਾ। ਇੱਥੇ ਐਡਮੰਟਨ 'ਚ ਪੂਰੇ ਅਲਬਰਟਾ 'ਚ ਰਹਿੰਦੇ ਹੋਏ ਵਾਸੀਆਂ ਨੂੰ ਨਹੀਂ ਬਲਕਿ ਪੂਰੇ ਸੰਸਾਰ ਦੇ ਵਿੱਚ, ਵਰਲਡ ਦੇ ਵਿੱਚ ਉਹਨਾਂ ਨੂੰ ਇੱਕ ਤੁਸੀਂ ਵਧੀਆ ਹਰ ਇੱਕ ਖਿੱਤੇ ਦੀ ਜਾਣਕਾਰੀ ਦੇਣ ਜਾ ਰਹੇ ਹੋ, ਅਲਬਰਟਾ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹੋ। ਸੋ ਬਹੁਤ ਵਧੀਆ ਉਪਰਾਲਾ ਆ ਜੀ। ਸੋ ਜਿਵੇਂ ਕਿ ਕੰਪਨੀ ਦਾ ਨਾਮ ਤੁਸੀਂ ਆਲਰੇਡੀ ਮੇਰਾ ਦੱਸਿਆ, ਮੈਂ ਜੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਕੰਸਲਟੈਂਟ ਇੰਕ ਐਡਮੰਟਨ ਸਾਡਾ ਆਫਿਸ ਆ ਜੀ। ਫੋਨ ਨੰਬਰ 7807098600, 7807098600। ਧੰਨਵਾਦ ਜੀ। ਬਿਲਕੁਲ ਭਾਅ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਐਡਮਿੰਟਨ ਡਾਇਰੀ ਦਾ, ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮਕਸਦ ਹੀ ਇਹੀ ਆ ਕਿ ਐਡਮਿੰਟਨ ਸ਼ਹਿਰ ਦੀਆਂ ਜਿਹੜੀਆਂ ਉੱਗੀਆਂ ਸ਼ਖਸੀਅਤਾਂ ਨੇ ਔਰ ਖਾਸ ਕਰਕੇ ਕੁਝ ਖੇਤਰਾਂ ਦੇ ਜਿਹੜੇ ਮਾਹਿਰ ਨੇ, ਉਹਨਾਂ ਦੀ ਜਿਹੜੀ ਜਾਣਕਾਰੀ ਆ, ਜਿਹੜੀ ਇਨਫੋਰਮੇਸ਼ਨ ਆ, ਸਾਡੇ ਦਰਸ਼ਕਾਂ ਤੱਕ ਪਹੁੰਚਾਈ ਜਾ ਸਕੇ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਇਹਦਾ ਲਾਹਾ ਲੈ ਸਕਣ। ਬਹੁਤ ਵਧੀਆ ਜੀ। ਅਗਲਾ ਪ੍ਰਸ਼ਨ ਜਿਹੜਾ ਹੈ ਜੀ, ਉਹ ਅਗੇਨ ਵਿਜ਼ਟਰਸ ਨਾਲ ਹੀ ਰਿਲੇਟਡ ਆ ਵੀ ਕਈ ਸਾਡੇ ਬੱਚਿਆਂ ਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਪੇਰੈਂਟਸ ਹੋਣਗੇ ਜਾਂ ਕਈ ਸਾਡੇ ਜਿੱਦਾਂ ਫਰੈਂਡਸ ਹੋਣਗੇ ਜਾਂ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ ਜਿਨ੍ਹਾਂ ਦੇ ਵਿਜ਼ਟਰ ਵੀਜ਼ੇ ਲੱਗੇ ਹੋਏ ਨੇ ਜਾਂ ਸੁਪਰ ਵੀਜ਼ੇ ਵੀ ਲੱਗੇ ਹੋਏ ਨੇ ਔਰ ਡਿਊ ਟੂ ਕੋਵਿਡ ਅਜੇ ਉਹ ਇੰਡੀਆ ਵਿੱਚ ਹੀ ਸਟੱਕ ਨੇ,
ਇਹ ਦੱਸੋ ਵੀ ਉਹ ਕਦੋਂ ਆਪਣਾ ਟੈਚੀ ਵਗੈਰਾ ਪੈਕ ਕਰਕੇ ਕੈਨੇਡਾ ਵੱਲ ਨੂੰ ਮੂਵ ਕਰ ਸਕਦੇ ਨੇ ਅਤੇ ਕਦੋਂ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹਨਾਂ ਤੋਂ ਹਟ ਸਕਦੀਆਂ ਨੇ? ਇਹ ਜਿਹੜਾ ਸਵਾਲ ਹੈ ਜੀ ਕਿ ਟੈਚੀ ਪੈਕ ਕਰਕੇ ਕੈਨੇਡਾ ਵੱਲ ਨੂੰ, ਸੋ ਕੈਨੇਡਾ ਦੀ ਜਿਹੜੀਆਂ ਪਿਛਲੇ ਲੰਘੇ ਹੋਏ 6-7 ਮਹੀਨਿਆਂ ਦਾ ਸਮਾਂ ਸੀਗਾ, ਹਾਂਜੀ, ਸੋ ਬਹੁਤ ਹੀ ਸਲਾਹਨਾ ਯੋਗ ਟਾਈਮ ਰਿਹਾ ਸਾਰੀ ਕੈਨੇਡਾ ਸਰਕਾਰ ਵੱਲੋਂ ਕਹਿ ਲਓ ਜਾਂ ਜੋ ਕੈਨੇਡਾ ਦੇ ਵਿੱਚ ਵਾਸੀ ਨੇ ਸਾਰਿਆਂ ਵੱਲੋਂ, ਕਿਉਂਕਿ ਬਹੁਤ ਹੀ ਬੜੇ ਵਧੀਆ ਢੰਗ ਦੇ ਨਾਲ ਇਹਨਾਂ ਸਹੂਲਤਾਂ ਦੇ ਕੇ ਅਤੇ ਸਾਰਿਆਂ ਨੂੰ ਇਹ ਜਿਹੜੀ ਆ ਇਹ ਜਿਹੜੀ ਪੈਂਡੈਮਿਕ ਸਿਚੁਏਸ਼ਨ ਸੀਗੀ ਉਹਦੇ 'ਚੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਕਰਕੇ ਸਾਰੇ ਵਰਲਡ ਦੇ ਵਿੱਚ, ਸਾਰੀ ਦੁਨੀਆ ਦਾ ਹੀ ਜਿਹੜਾ ਇੱਕ ਕੈਨੇਡਾ ਇੱਕ ਆਕਰਸ਼ਣ ਕੇਂਦਰ ਬਣ ਗਿਆ, ਸਪੈਸ਼ਲੀ ਆਪਣੇ ਪੰਜਾਬ ਦਾ, ਪੰਜਾਬੀਆਂ ਦਾ ਤਾਂ ਇਹ ਹੈ ਹੀ ਆ। ਸੋ ਹੁਣ ਵਾਕਿਆ ਹੀ ਇਹ ਟੈਚੀ ਪੈਕ ਕਰਕੇ ਆਉਣ ਵਾਲਾ ਜਿਹੜਾ ਹਿਸਾਬ ਕਿਤਾਬ ਬਣਿਆ ਹੋਇਆ, ਠੀਕ ਹੈ ਜੀ। ਸੋ ਇਹਦੇ 'ਚ ਜਿਹੜੀਆਂ ਕੁਛ ਚੀਜ਼ਾਂ ਸੀਗੀਆਂ ਜੀ, ਜਿਨ੍ਹਾਂ ਦੇ ਤਾਂ ਵੀਜ਼ੇ ਪਹਿਲਾਂ ਦੇ ਲੱਗੇ ਹੋਏ ਸੀਗੇ, ਵਿਜ਼ਿਟਰ ਜਿਹੜੇ ਸੀਗੇ, ਵਰਕਰ ਸੀਗੇ, ਉਹ 18 ਮਾਰਚ 2020 ਇਸ ਸਾਲ ਤੋਂ ਪਹਿਲਾਂ ਦੇ ਜਿਨ੍ਹਾਂ ਦੀ PR ਵੀ ਅਪਰੂਵ ਹੋਈ ਸੀਗੀ ਉਹ ਟਰੈਵਲ ਰਿਸਟ੍ਰਿਕਸ਼ਨ ਤੋਂ ਐਗਜ਼ੈਂਪਟ ਸੀਗੇ। ਹਾਂਜੀ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਜਿਹੜੇ ਅਸੈਂਸ਼ੀਅਲ ਵਰਕਰ ਸੀਗੇ ਉਹ ਅਲਾਓ ਕੀਤੇ ਕਿ ਉਹ ਐਂਟਰ ਕਰ ਸਕਦੇ ਹਨ, ਉਹ ਅਜੇ ਵੀ ਅਲਾਊਡ ਹਨ, ਉਹ ਕੰਟੀਨਿਊ ਅਲਾਓ ਰਹਿਣਗੇ। ਜਿਹੜੀ ਗੱਲ ਆ ਜਾਂਦੀ ਹੈ ਜੀ ਵਿਜ਼ਿਟਰ ਦੀ ਕਿਸੇ ਇਮੀਡੀਏਟ ਫੈਮਿਲੀ ਮੈਂਬਰਸ ਦੀ, ਸੋ ਯੈਸ ਇਹ ਇੱਕ ਕੁਐਸਚਨੇਬਲ ਚੀਜ਼ ਹੈਗੀ ਆ, ਕਿਉਂਕਿ ਇੰਡੀਆ ਦੇ ਵਿੱਚ ਇਸ ਵੇਲੇ ਜੋ ਹਾਲਾਤ ਨੇ ਕੋਵਿਡ ਦੇ ਉਹ ਸਟਿਲ ਇੰਨੇ ਕੋਈ ਵਧੀਆ ਨਹੀਂ ਹੈਗੇ, ਉਹ ਜੂਝ ਰਹੇ ਹਨ, ਲਗਾਤਾਰ ਕੇਸਿਸ ਜਿਹੜੇ ਵੱਧਦੇ ਜਾ ਰਹੇ ਨੇ, ਕੇਸਿਸ ਵੱਧਦੇ ਜਾ ਰਹੇ ਹਨ। ਇੰਡੀਆ ਦੇ ਵਿੱਚ ਜਿਹੜੇ VFS ਹੈ, ਜਿੱਥੇ ਕਿ ਜਿਹੜਾ ਕਿ ਕਲੈਕਸ਼ਨ ਸੈਂਟਰ ਹੈ, ਪਾਸਪੋਰਟ ਵਗੈਰਾ ਜਿੱਥੇ ਸਬਮਿਟ ਹੁੰਦੇ ਹਨ ਐਂਡ ਉਹ ਕਲੈਕਟ ਕਰਕੇ ਅਤੇ ਵਾਪਸ ਮਿਲਦੇ ਹਨ, ਸੋ ਉਹ ਏਜੰਸੀਜ਼, ਉਹ ਆਫਿਸ ਸਾਰੇ ਬੰਦ ਹਨ। ਠੀਕ ਹੈ। ਸੋ ਇਹਨਾਂ ਆਫਿਸਿਸ ਦੀ ਜਿਹੜੀ ਅਨਾਊਂਸਮੈਂਟ ਹੈ ਉਹ ਕੰਟੀਨਿਊ ਚੱਲ ਰਹੀ ਹੈ ਜੀ, ਕਿ ਇਹ ਪਹਿਲਾਂ ਅਨਾਊਂਸਮੈਂਟ ਹੋਈ ਸੀਗੀ ਕਿ ਵੀ ਇਹ June 30th ਤੱਕ ਬੰਦ ਰਹਿਣਗੇ, 1 July ਤੋਂ ਓਪਨ ਹੋਣਗੇ। ਸੋ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਆ 1 month ਦੀ ਐਕਸਟੈਂਸ਼ਨ, ਸੋ ਉਹ ਕੰਟੀਨਿਊ ਕਰਦੇ ਜਾ ਰਹੇ ਨੇ। ਸੋ ਜਿਹੜੀ ਲਾਸਟ ਅਨਾਊਂਸਮੈਂਟ ਸੀਗੀ ਕਿ ਵੀ 31st August ਤੱਕ ਬੰਦ ਰਹਿਣਗੇ, ਉਸ ਤੋਂ ਬਾਅਦ ਇਹ ਓਪਨ ਹੋਣਗੇ, ਬਟ ਇਸ ਵਾਰੀ ਵੀ ਇਹ ਓਪਨ ਨਹੀਂ ਹੋਏ। ਸੋ ਅੱਗੇ ਫਰਦਰ ਅਨਾਊਂਸਮੈਂਟ ਕਰਤੀ ਗਈ ਹੈ ਕਿ 30 September ਤੱਕ ਇਹ ਬੰਦ ਰਹਿਣਗੇ, ਜੇ ਅਗਰ ਕੋਈ ਹਾਲਾਤ ਸੁਧਰਨਗੇ ਸੋ ਪ੍ਰੋਬੇਬਲੀ ਇਹ ਓਪਨ ਹੋਣਗੇ। ਸੋ ਜੋ ਹਾਲਾਤ ਨੇ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਵਿਜ਼ਿਟਰਸ ਜਿਹੜੇ ਉੱਥੋਂ ਆਉਣ ਦੇ ਚਾਹਵਾਨ ਨੇ ਉਹਨਾਂ ਨੂੰ ਅਜੇ ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰਨਾ ਪਊਗਾ। ਸੋ ਜਿੱਦਾਂ ਹੀ ਇਹ ਕੋਵਿਡ ਦੀ ਸਿਚੁਏਸ਼ਨ ਬੈਟਰ ਹੁੰਦੀ ਹੈ ਸੋ ਇਹਦੇ 'ਤੇ ਕੁਛ ਨਾ ਕੁਛ ਜ਼ਰੂਰ ਅਪਡੇਟ ਹੋਣਗੀਆਂ ਜੀ। ਕਵਲਜੀਤ ਭਾਅ ਜੀ, ਸੁਣਨ ਵਿੱਚ ਪਿੱਛੇ ਇਹ ਵੀ ਆਇਆ ਹੈ ਕਿ ਅਲਬਰਟਾ ਗੌਰਮੈਂਟ ਨੇ ਕੁਝ ਪਰਟੀਕੂਲਰ ਫੀਲਡ ਦੇ ਵਿੱਚ ਵਰਕ ਪਰਮਿਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ, ਇਸ ਸੰਬੰਧੀ ਸਪਸ਼ਟੀਕਰਨ ਜ਼ਰੂਰ ਦਿਓ ਜੀ, ਕਿਉਂਕਿ ਇਹ ਵੀ ਇੱਕ ਬਹੁਤ ਭੁਲੇਖੇ ਪਾਉਣ ਵਾਲੀ ਜੀ ਗੱਲ ਲੱਗਦੀ ਹੈ। ਯੈਸ ਜੀ, ਇਹ ਵੀ ਨਿਊਜ਼ ਜਿਹੜੀ ਆ ਇਹ ਕਾਫੀ ਜ਼ਿਆਦਾ ਪਾਪੂਲਰ ਹੋਈ ਆ। ਸੋ ਮੈਂ ਇੱਥੇ ਇਹ ਕਹਿਣਾ ਚਾਹੂੰਗਾ ਕਿ ਯੈਸ, ਇਹਦੇ ਵਿੱਚ ਇੱਕ ਆਪਣੇ ਪ੍ਰੀਮੀਅਰ ਜੈਸਨ ਖੈਨੀ ਜੀ ਵੱਲੋਂ ਇੱਕ ਅਨਾਊਂਸਮੈਂਟ ਹੋਈ ਸੀਗੀ। ਹਾਂਜੀ। ਓਨਰੇਬਲ ਮਿਨਿਸਟਰ ਜੈਸਨ ਖੈਨੀ ਜੀ ਨੇ ਇਹ ਅਨਾਊਂਸ ਕੀਤਾ ਸੀਗਾ ਕਿ ਕੋਵਿਡ ਦੇ ਮੱਦੇਨਜ਼ਰ ਚੱਲਦੇ ਹੋਏ ਜਿਹੜੀ ਅਨਇੰਪਲੋਇਮੈਂਟ ਰੇਟ ਆ ਕੈਨੇਡਾ ਦਾ ਉਹ ਕਾਫੀ ਉੱਪਰ ਆ ਚੁੱਕਾ ਸੀਗਾ, ਅਲਬਰਟਾ ਦਾ ਸਪੈਸ਼ਲੀ, ਕਿਉਂਕਿ ਅਲਬਰਟਾ ਆਲਰੇਡੀ ਹੀ ਇਹ ਰਿਸੈਸ਼ਨ ਦੇ ਵਿੱਚ ਜੂਝ ਰਿਹਾ ਸੀਗਾ। ਸੋ ਇਹਦੇ ਵਿੱਚ ਉਹਨਾਂ ਨੇ ਫੈਡਰਲ ਗੌਰਮੈਂਟ ਨੂੰ ਰਿਕੁਐਸਟ ਕੀਤੀ ਸੀਗੀ ਕਿ ਵੀ ਜਿਹੜੀਆਂ ਕੁਛ ਆਕੂਪੇਸ਼ਨਸ ਨੇ ਉਹਨਾਂ ਦੀਆਂ ਜਿਹੜੀਆਂ ਨੇ ਅਸੀਂ LMIA ਰਿਫਿਊਜ਼ ਟੂ ਪ੍ਰੋਸੈਸ ਕਰਨੀਆਂ ਚਾਹੁੰਦੇ ਹਾਂ ਕਿ ਇਹ ਨਾ ਕੀਤੀਆਂ ਜਾਣ, ਬਟ ਉਹਦੇ ਉੱਤੇ ਅਜੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਿਸੀਜ਼ਨ ਨਹੀਂ ਹੋਇਆ। ਠੀਕ ਹੈ ਜੀ। ਇਟ ਮੇ ਬੀ ਕਿ ਵੀ ਜਿਹੜੀ ਅਨਇੰਪਲੋਇਮੈਂਟ ਰੇਟ ਆ ਇਕੱਲੇ ਅਲਬਰਟਾ ਦਾ ਨਹੀਂ, ਆਲ ਓਵਰ ਕੈਨੇਡਾ ਦਾ ਜਿਹੜਾ ਇਨਕਰੀਜ਼ ਹੋਇਆ, ਸੋ ਤਾਂ ਕਰਕੇ, ਬਟ ਅਜੇ ਤੱਕ ਉਹਦੇ 'ਤੇ ਕੋਈ ਵੀ ਇੱਦਾਂ ਦੀ ਫਾਈਨਲ ਅਨਾਊਂਸਮੈਂਟ ਨਹੀਂ ਹੋਈ ਕਿ ਵੀ ਆਹ ਵਾਲੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਪ੍ਰੋਸੈਸ ਨਹੀਂ ਹੋਣਗੀਆਂ। ਸੋ ਜਿਹਦੇ ਵਿੱਚ ਜ਼ਿਆਦਾਤਰ ਜਿਹੜਾ ਲੱਗਦਾ ਆ ਕਿ ਵੀ ਜਿਹੜੇ ਵਰਕਰ ਈਜ਼ੀਲੀ ਅਵੇਲੇਬਲ ਨੇ ਉਹ ਵਾਲੀਆਂ ਕੁਛ ਐਪਲੀਕੇਸ਼ਨ ਲੋ ਵੇਜ ਦੀਆਂ ਜਿਹੜੀਆਂ ਹੋਣਗੀਆਂ ਉਹ ਬੰਦ ਹੋਣਗੀਆਂ, ਹੋ ਸਕਦੀਆਂ ਨੇ। ਜਿਹਦੇ ਵਿੱਚ ਫੂਡ ਸੈਕਟਰ 'ਤੇ ਅਸੀਂ ਲਈਏ ਦੀ ਉਹ ਤਾਂ ਸਭ ਤੋਂ ਪਹਿਲਾਂ ਆਉਂਦਾ ਆ, ਅਤੇ ਇਸ ਤੋਂ ਨਾਲ ਨਾਲ ਰਿਟੇਲ ਦਾ ਕੁਛ ਸੈਕਟਰ, ਕਿਉਂਕਿ ਕਈ ਇਹੋ ਜਿਹੇ ਬਿਜ਼ਨਸ ਨੇ ਜਿਹੜੇ ਕੋਵਿਡ ਕਰਕੇ ਜਿਹੜੇ ਉਹ ਬੰਦ ਹੋ ਗਏ ਨੇ। ਬਿਲਕੁਲ। ਸੋ ਬਟ ਇਹਦੇ 'ਚ ਅਜੇ ਤੱਕ ਕੋਈ ਵੀ ਇੱਦਾਂ ਦੀ ਸਪਸ਼ਟ ਜਿਹੜੀ ਨਿਊਜ਼ ਆ ਉਹ ਨਹੀਂ ਹੈਗੀ ਕਿ ਵੀ ਆਹ ਵਾਲੀਆਂ ਬੰਦ ਹੋ ਗਈਆਂ,
उस एप्लीकेशन एक्सेप्ट कर रहे हैं और इन्हों की जस्ट यही है कि प्रोसैसिंग थोड़ा जहा टाइम वध लग रहा बट स्टिल इट इज़ एज इट इज़। पर इत्थे खुशी वाली गल है जी कि अल्बर्टा के हालात बैटर हो रहे हैं और सुनने में आया भी इंप्लॉयमेंट रेट भी थोड़ा जहा अप हो रहा और चलो जी परमात्मा अगे अरदास करते हैं कि हालात जल्दी तो जल्दी बेहतर होन और डेफिनेटली ये जिहड़ा प्रोसीजर है जिहड़ी प्रक्रिया वा होर तेजी दे नाल चलती रहे और जिहड़े इमीग्रेंट्स ने वो कैनेडा की धरती से अल्बर्टा दे विच आउंदे रहन। जरूर जी, इहदे च मैं एक होर छोटी जी एक गल तुहाडे नाल सांझी करन जा रहा कि आने वाले समय दे विच एक अनाउंसमेंट भी हुई सीगी। मैं टाउन हॉल मीटिंग भी अटेंड की सी जी अल्बर्टा के इमीग्रेशन मिनिस्टर्स ने। ठीक है जी। सो शायद कोई इदा के प्रोग्राम अल्बर्टा के लियादे जा जिदे नाल कोई नवे एंटरप्रेनर या बिजनेस ओपन होन। सो वह बिजनेस जोड़े ओपन होम्प्लॉयमेंट भी जनरेट की जाऊगी। सो जो इंप्लॉयमेंट जनरेट होंगी या बिजनेस ओपन होंगे ने अपरचुनिटीज़ वधदियाँ ने। सो उस बेसिस से शायद कुछ पी आर के प्रोग्राम होर भी ओपन हो जी। बिल्कुल। एक आखिरी सवाल पूछना चाहवागे जी ते को कि कुछ साढ़े दोस्त ने उन्होंने जिमें इतने पेरेंट्स ने आए हुए ने उन्हां दी उम्र जिहड़ी आ नैचुरली 60-65 साल तो उपर हो चुकी है, उन्हां नूं नैचुरली वर्क परमिट लैना तो औखा है, तो की पॉसिबिलिटीज़ ने अगर वो जेकर इत्थे पीआर लैना चाहुण जां सिटीजनशिप बनना चाहुण तो की उन्हां वास्ते पॉसिबिलिटीज़ ने? मनजीत जी, इन्हां वास्ते एक जिहड़ा प्रोग्राम पेरेंट्स एंड ग्रैंड पेरेंट्स का पीआर का प्रोग्राम है फैमिली क्लास के अंडर स्पॉन्सर करन दा। हाँ जी। सो वह बहुत ही वधिया प्रोग्राम है बट इस साल वह प्रोग्राम ओपन नहीं होया कोविड के करके, बट पिछले 2-3 साल भी जो प्रोग्राम का जो मॉडल सीगा वो कुछ इन्ना वधिया नहीं रहा। कोई वो काफ़ी ज सारिया जड़िया ने त्रुटियां पाई गई ने कि भी कई बंदे उन्हें ओपन ही नहीं कर पाए। सो इस तो इलावा एक सुपरविजर का प्रोग्राम है जिद दो साल तो वध रह सकते हैं। सो इदा दिया काफ़ी फैसिलिटीज़ हैं। कमलजीत भाजी स्टूडियो विच आउण ते आप जी का बहुत बहुत धन्यवाद। असी धन्यवादी हाँ कि तुसी अपने कीमती समय विचों समा कढ़िया ते साडे दर्शकां दे नाल इमीग्रेशन नाल रिलेटड काफ़ी मुद्दयां ते सही अते भरोसेजोग जिहड़ी जानकारी है वह मुहैया करवाई और आस करदे हाँ कि भविख विच वी असी तुहानू अपने स्टूडियो विच सद्दे रहांगे और दर्शकां दे सन्मुख तुहानू रूबरू करदे रहांगे। धन्यवाद जी, सति श्री अकाल जी। सो इह सन जी कैरियर प्लस इमीग्रेशन तो सरदार कमलजीत सिंह जी और आस करते हाँ कि ये जानकारी जिहड़ी है वो तुहाडे लई लाहेवंद होवेगी। तो तुसीं जुड़े रहना टैलीविजन पंजाबी नैशनल दे नाल। आप जी का बहुत बहुत धन्यवाद।